तेरे दी देड़े खुशियां आ जानियां नदी पर आवे किधर जे तेरे बेड़े खुशियां आ जानियां जे गुरु नूं ते आवे किधरे। ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਸਤਿਗੁਰ ਸਵਾਮੀ ਜੀ ਮਹਾਰਾਜ ਨਦੀ ਪਾਰ ਕੁਰਾਲੀ ਵਾਲੇ ਪੂਰੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਸਤਿਗੁਰ ਸਵਾਮੀ ਜੀ ਮਹਾਰਾਜ ਦੀ ਕਿਰਪਾ ਹੈ, ਮਾਨਤਾ ਹੈ। ਬਹੁਤ ਦੂਰੋਂ ਦੂਰੋਂ ਇੱਥੇ ਸੰਗਤ ਆਉਂਦੀ ਹੈ। ਸੋ ਸਾਡੇ ਨਾਲ ਅੱਜ ਮੌਜੂਦ ਨੇ ਭਜਨ ਸਮਰਾਟ ਰਣਵੀਰ ਜੀ ਕੁਰਾਲੀ ਵਾਲੇ। ਸੋ ਕਈ ਦਹਾਕਿਆਂ ਤੋਂ ਇਹ ਜੋ ਭਜਨ ਸੰਧਿਆ ਦੇ ਵਿੱਚ ਹਿੱਸਾ ਲੈਂਦੇ ਨੇ ਅਤੇ ਸਤਿਗੁਰ ਸਵਾਮੀ ਜੀ ਮਹਾਰਾਜ ਜੀ ਦੇ ਇਹ ਭਜਨ ਗਾਉਂਦੇ ਨੇ। ਅਤੇ ਇੱਕ ਇਹਨਾਂ ਦਾ ਅੱਜ ਹੋਰ ਜੋ ਭਜਨ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਟਾਈਟਲ ਹੈ ਗੁਰੂ ਦੀ ਕਿਰਪਾ। ਜੋ ਸੰਗੀਤ ਦਿੱਤਾ ਹੈ ਹਰਜੇਸ਼ ਬਿੱਟੂ ਜੀ ਨੇ, ਲਿਖਿਆ ਹੈ ਸ਼ਫੀ ਜਲਵੇੜਾ ਜੀ ਨੇ ਅਤੇ ਪੇਸ਼ਕਸ਼ ਹੈ ਨੀਰਜ ਸ਼ਰਮਾ ਜੋ ਕਿ ਖਰੜ ਤੋਂ ਬਿਲੋਂਗ ਕਰਦੇ ਨੇ, ਅੱਜ ਕੱਲ੍ਹ ਇਟਲੀ ਦੇ ਵਿੱਚ ਰਹਿ ਰਹੇ ਨੇ। ਅਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਹਾਂ ਰਣਵੀਰ ਜੀ ਦੇ ਨਾਲ ਇਸ ਭਜਨ ਦੇ ਬਾਰੇ ਕਿ ਕੀ ਇਹਨਾਂ ਦਾ ਕਹਿਣਾ। ਹਾਂਜੀ ਰਣਵੀਰ ਜੀ ਬੋਲੀਏ, ਸਤਿਗੁਰ ਸਵਾਮੀ ਜੀ ਮਹਾਰਾਜ ਕੀ ਜੈ। ਸੋ ਤੁਸੀਂ ਬਹੁਤ ਮਤਲਬ ਕਿ ਦੇਰ ਤੋਂ, ਕਈ ਦਹਾਕਿਆਂ ਤੋਂ ਅਸੀਂ ਵੀ ਬਚਪਨ ਤੋਂ ਦੇਖਦੇ ਆ ਰਹੇ ਹਾਂ ਸਤਿਗੁਰ ਸਵਾਮੀ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਤੁਸੀਂ ਕੀਰਤਨ ਕਰਦੇ ਰਹੇ ਹੋ। ਸੋ ਪਹਿਲਾਂ ਤਾਂ ਇਹ ਦੱਸੋ ਕਿ ਕੀਰਤਨ ਦੇ ਵਿੱਚ ਤੁਸੀਂ ਕਦੋਂ ਤੋਂ ਜੁੜੇ ਹੋਏ? ਕੀਰਤਨ ਦੇ ਵਿੱਚ ਮੈਂ 9 ਸਾਲ ਦੀ ਉਮਰ ਸੀ ਜਦੋਂ ਸਵਾਮੀ ਜੀ ਦੇ ਚਰਨਾਂ 'ਚ ਮੈਨੂੰ ਮੇਰੇ ਪਾਪਾ ਲੈ ਕੇ ਸੀ ਜੀ। ਅਤੇ ਮੇਰਾ ਖਿਆਲ ਹੈ ਵੀ 50 ਸਾਲ ਤੋਂ ਉੱਪਰ ਹੋ ਚੁੱਕੇ ਜੀ। ਹਾਂ, ਸਵਾਮੀ ਜੀ ਦਾ ਗਾਇਨ ਕਰਦੇ ਹੋਏ ਅਤੇ ਕੈਸਟਾਂ ਵੀ ਕਾਫੀ ਰਿਲੀਜ਼ ਕੀਤੀਆਂ, ਮੇਰਾ ਖਿਆਲ ਹੈ 150 ਦੇ ਕਰੀਬ ਭਜਨ ਰਿਕਾਰਡ ਹੋ ਚੁੱਕੇ ਆ ਜੀ। ਅਤੇ ਸਾਧ ਸੰਗਤ ਨੇ ਬਹੁਤ ਸਾਰਾ ਪਿਆਰ ਦਿੱਤਾ ਸਾਰੇ ਭਜਨਾਂ ਨੂੰ। ਅਤੇ ਜਿਨ੍ਹਾਂ ਦਾ ਪਹਿਲੇ ਮਿਊਜ਼ਿਕ ਅਤੁਲ ਸ਼ਰਮਾ ਜੀ ਨੇ ਜੀ ਜ਼ਿਆਦਾ ਭਜਨਾ ਦਿੱਤਾ, ਫਿਰ ਸੁਰਿੰਦਰ ਬਚਨ ਜੀ ਨੇ, ਫਿਰ ਕੰਵਰ ਇਕਬਾਲ ਜੀ ਨੇ, ਫਿਰ ਹਰਜੇਸ਼ ਬਿੱਟੂ ਜੀ ਕੁਰਾਲੀ ਵਾਲੇ। ਹੁਣ ਮੈਂ ਜ਼ਿਆਦਾਤਰ ਉਹਨਾਂ ਕੋਲ ਹੀ ਰਿਕਾਰਡ ਕਰਦਾ ਕਿਉਂਕਿ ਉਹਨਾਂ ਨਾਲ ਮੇਰਾ ਪਿਆਰ ਹੈ, ਦਿਲ ਜੁੜਿਆ ਹੋਇਆ ਜੀ। ਅਤੇ ਸਵਾਮੀ ਜੀ ਵਾਸਤੇ ਨਤਮਸਤਕ ਨੇ ਉਹ, ਅੱਧੀ ਰਾਤ ਵੀ ਕਹੀਏ ਨਾ ਵੀ ਆਹ ਰਿਕਾਰਡ ਕਰਨਾ ਹੈ ਤਾਂ ਉੱਠ ਕੇ ਕਰਨੇ ਵਾਲੇ ਹੈ, ਇੰਨਾ ਕੁ ਪਿਆਰ ਮਾਣ ਬਖਸ਼ਦੇ ਹੈ। ਸੋ ਇਹ ਸਵਾਮੀ ਜੀ ਦਾ ਪਿਆਰ ਹੈ, ਆਸ਼ੀਰਵਾਦ ਹੈ। ਤੋ ਮੈਂ ਸਵਾਮੀ ਜੀ 'ਤੇ ਬੇਨਤੀ ਕਰਾਂਗਾ ਸਾਡਾ ਪਿਆਰ ਇੱਦਾਂ ਹੀ ਬਣਿਆ ਰਹੇ ਅਤੇ ਇਸੇ ਤਰ੍ਹਾਂ ਭਜਨ ਰਿਲੀਜ਼ ਹੁੰਦੇ ਰਹਿਣ ਜੀ, ਸਾਧ ਸੰਗਤ ਆਨੰਦ ਮਾਣਦੀ ਰਹੇ ਜੀ। ਸੋ ਜਿਵੇਂ ਕਿ ਗਿਆਨ ਜੀ ਸੀ ਆਪਣੇ ਕੁਰਾਲੀ ਦੇ ਵਿੱਚ, ਉਹਨਾਂ ਨੇ ਬੜੇ ਅੱਛੇ ਅੱਛੇ ਭਜਨ ਸਵਾਮੀ ਦੇ ਲਿਖੇ, ਉਹਨਾਂ ਦੇ ਵੀ ਤੁਸੀਂ ਭਜਨ ਲਿਖੇ ਹੋਏ ਗਾਏ? ਦੇਖੋ, ਸਭ ਤੋਂ ਵਧੀਆ ਜੋ ਸਵਾਮੀ ਜੀ ਨੂੰ ਬਿਆਨ ਕਰਿਆ ਜਾਂ ਉਹਨਾਂ ਦੇ ਬਾਰੇ ਵਿਆਖਿਆ ਕੀਤੀ ਹੈ ਤਾਂ ਗਿਆਨ ਚੰਦ ਜੀ ਨੇ ਕੀਤੀ ਹੈ। ਉਹਨਾਂ ਤੋਂ ਅੱਛਾ ਸਵਾਮੀ ਜੀ ਨੂੰ ਦਰਸਾਰ ਨਹੀਂ ਸਕਿਆ ਕੋਈ ਜੀ। ਹਾਲਾਂਕਿ ਲਿਖਿਆ ਬਹੁਤ ਅੱਛਾ ਉਹਨਾਂ ਨੇ ਵੀ, ਬਾਲਕ੍ਰਿਸ਼ਨ ਜੀ ਨੇ ਵੀ ਵਧੀਆ ਲਿਖਿਆ, ਸਵਰਗੀ ਬਾਲਕ੍ਰਿਸ਼ਨ ਜੀ ਅਤੇ ਬ੍ਰਿਜ ਬਿਹਾਰੀ ਜੀ ਇੱਥੇ ਖਰੜ ਤੋਂ ਜੀ। ਹਾਂ, ਉਹਨਾਂ ਨੇ ਵੀ ਸੁੰਦਰ ਲਿਖਿਆ ਬਹੁਤ, ਉਹਨਾਂ ਦੇ ਵੀ ਭਜਨ ਰਿਕਾਰਡ ਵੀ ਕੀਤੇ ਆ ਅਤੇ ਗਾਉਂਦੇ ਵੀ ਹਾਂ ਅਸੀਂ ਮਹਿਫਿਲ ਦੇ ਵਿੱਚ ਅਤੇ ਲੋਕ ਪਸੰਦ ਵੀ ਕਰਦੇ ਨੇ। ਅਤੇ ਇੱਕ ਪ੍ਰਦੀਪ ਜੀ ਖਰੜ ਤੋਂ ਜੀ, ਉਹ ਉਹਨਾਂ ਦੇ ਵੀ ਰਿਕਾਰਡ ਕਰਾਇਆ ਸੀ, ਬੜਾ ਅੱਛਾ ਉਹਨਾਂ ਨੇ ਵੀ ਲਿਖਿਆ ਸੀ। ਅਤੇ ਹੁਣ ਜ਼ਿਆਦਾਤਰ ਦੇਖੋ ਗਿਆਨ ਚੰਦ ਜੀ ਦਾ ਤਾਂ ਫਿਰ ਜਵਾਬ ਹੀ ਨਹੀਂ ਹੈ ਜੀ, ਜੋ ਸਵਾਮੀ ਜੀ ਨੇ ਜਿਵੇਂ ਆਪ ਕਲਮ ਫੜ ਕੇ ਲਿਖਵਾਇਆ ਹੁੰਦਾ ਨਾ, ਆਪ ਕਿਰਪਾ ਕੀਤੀ ਹੁੰਦੀ, ਵਿਸ਼ੇਸ਼ ਕਿਰਪਾ ਉਹਨਾਂ 'ਤੇ। ਤਾਂ ਬਹੁਤ ਸੁੰਦਰ ਭਜਨ ਹੈ ਅਤੇ ਉਹਨਾਂ ਦਾ ਇੱਕ ਇੱਕ ਲਫ਼ਜ਼ ਸੁਣਨੇ ਵਾਲਾ ਹੁੰਦਾ ਹੈ ਅਤੇ ਸੰਗਤ ਸੁਣਦੀ ਵੀ ਹੈ, ਸੰਗਤ ਦਾ ਪਿਆਰ ਮਿਲਦਾ ਹੈ। ਗਿਆਨ ਚੰਦ ਜੀ ਦੇ ਭਜਨ ਬਹੁਤ ਸਾਰੇ ਪਸੰਦ ਕਰਦੇ ਨੇ ਜੀ ਅਤੇ ਕਾਫੀ ਸੁਪਰ ਹਿੱਟ ਵੀ ਗਏ ਉਹਨਾਂ ਦੇ ਭਜਨ ਜੋ ਪਹਿਲੇ ਰਿਕਾਰਡ ਕਰਾਏ ਸੀ।
जिन्हां नूं रोज़ लोग सुने बिना मतलब सो नहीं सकते, इन्ना कु उन्हां दा दिल जुड़िया है उन्हां भजनां नाल, पुराने भजनां नाल। सो ये स्वामी जी का प्यार है, आशीर्वाद है जी, कृपा करते रहन महाराज। सो गल करते हैं आपां जो हुण तुहाडा नवा भजन आ रहा गुरु की कृपा, लगभग पिछले साल तुहाडी एक स्वामी दे भजन की संध्या सी सुहाणा पिंड दे विच विच। सो उत्थे जो नीरे शर्मा जी इटली वाले वो भी आए हुए सी, सो उन्हां दा भी एक भजन रिलीज होया सी, उन्हां दा लिखिया होया, नीरे शर्मा जी का लिखिया होया, अपना मदन शौंकी जी ने गाया सी मेरा लिख सुनेहा कागज़ ते। सो उस वेले तुसीं नीरज जी इटली तो उत्थे सुहाणे भजन संध्या दे विच आए हुए सी, तुहाडे भजन भी सुने उन्होंने, अते तुसीं उन्हां नूं एक गल कही सी कि मैनू भी एक भजन दे दो। फिर उहदे बारे मतलब की कहूंगे नीरज शर्मा जी बारे की उन्होंने अपना वादा पूरा किया किवें किया? हाँ जी हाँ जी हाँ जी, उस टाइम ना मदन शौंकी जी का यह भजन रिलीज़ होया सी जो नीरज शर्मा जी ने प्रेजेंट किया सी जी, लिख सुनेहा कागज़ ते फ्लैक्स भी लगी हुई सी, मैं देखिया तो भजन भी सुनिया, बड़ा अच्छा लग्या बहुत, क्योंकि शौंकी भाजी गाते ही बहुत अच्छा ने। ते फिर मेरे अंदर संकल्प उठाया उस टाइम मिले जो नीरज जी आए हुए सी सुहाने महफिल च, तो मैं फिर कहा, मैं कहा नीरज जी कोई मेरे तो भी गवाओ कोई भजन जी, भी तुसीं लिखते बहुत अच्छा है, वह भजन मैं बड़ा प्यारा लग्या, मेरा लिख सुनेहा कागज़ से बहुत अच्छा म्यूजिक है, तो गायन का तो जवाब ही नहीं उन्हों का, बहुत सुंदर गाया। तो फिर मैं इन्हों नीरज जी ने कहा, नीरज जी ने फिर उत्थे बहुत सारा इनाम भी दिता मैं गाते हुए, तो मिले भी बहुत खुश होए, तो मैं क्या भी कोई भजन मेरे वास्ते भी लिखो कोई, भी तुसी बहुत अच्छा लिखते हो। तो उन्होंने फिर उदो मेरे ना प्रोमिस किया, कहते जी मैं वीर जी भी वादा करदा भी मैं तुहाडे तो भी एक भजन गवावांगा, भी जदों स्वामी जी की कृपा होनी है, जदों उन्होंने चाहना, देखो एक कृपा स्वामी जी ने करनी होंगी है, हाँ सारा इशारा उधरों ही होंगे। तो फिर इन्होंने फिर शफी जी तो लिखवाया भजन, हाँ शफी जलवेड़ा जी, तो मैं देखो ऑनेस्टली कह रहा भी इन्ना सुंदर लिखा है भी जिहदा जवाब नहीं है, बहुत मन खुश होंगे, लिरिक्स उन्होंने बड़े अच्छे है। मैं पहली बार उन्होंने भजन गाया तो नीरज जी ने उन्होंने सारा स्वामी जी बारे दसिया सी, क्योंकि उन्होंने हिस्टरी तो वाकिफ नहीं सी ना, तो उन्होंने दसिया, फिर भी उन्होंने इन्ना क भजन नू मतलब मोतिया वाग परो दिता भी जिस तरह स्वामी जी को बड़े पुराने आ रहे होंगे हैं, इन्नी क मतलब वो जान पा दिती है। सो अज असी वीडियो भी बना के आए उत्थे, तो गग्गी जी भी आए हुए सी उत्थों डायरैक्टर, वीडियो डायरैक्टर खरड़ तो, तो बड़ी मेहनत न बड़े प्यार नाल, मेरे ख्याल पांच एक घंटे लग ही गए होंगे घट्टो घट भी उन्होंने शूट करते हुए, तो यानी उन्होंने कोई कसर नहीं छड़ी, क्योंकि स्वामी जी का प्यार तो आशीर्वाद ही ऐसा है भी कोई ना इंसाफी कर ही नहीं सकता। इस तरह हरजेश बिट्टू जी का म्यूजिक है, उन्होंने तो जवाब ही नहीं है भी हर चीज़ नाल इंसाफ करते हैं वो, तो उन्होंने मेरे को गुआ भी बहुत अच्छा लिया, हालांकि मैनू कहड़ा गाना आंदा है, मैं कोई रियाजी नहीं है, मैं तो एक स्वामी जी का सेवक हाँ, उन्होंने भावक है, मैं स्वामी जी के चरणों का दास है, लेकिन हरजेश बिट्टू जी उत्थे भी बड़ी ईमानदारी मतलब वधिया तो वधिया कराने की कोशिश करते, वध तो वध टाइम लाते डबिंग से, ये उन्होंने प्यार है आशीर्वाद है, तो म्यूजिक बहुत ही लाजवाब, वो तुहानू दो तीन दिन बाद जो रिलीज़ करांगे तुहानू पता ही लग जाएगा, गुरु पूजा ते रिलीज़ हो रहा है ये एक भजन 3 जुलाई, हाँ 3 जुलाई नू, उस तो पहले ही एक दो दिन कर देंगे, तो फिर तुसी आप ही देख लेना जी कैसा म्यूजिक है, तो कैसी मिक्सिंग है, कैसा गायन है, ये स्वामी जी की कृपा है, इन्होंने कृपा नाल बहुत अच्छा करा लिया, मैं बहुत खुश हाँ जी इस भजन तो बहुत। हाँ जी, सो जिवें गल करिए नीरज जी बारे, वो तुहानू किस तरह मिले, तो किस तरह का उन्हों का सुभा है, किस तरह की उन्हों की जीवनी है, क्योंकि उन्होंने भी काफ़ी अपार कृपा है स्वामी के नालों, काफ़ी देर तो जुड़े हुए हैं। नीरज जी वास्ते तो मैं ये कहांगा भी तारीफ वास्ते लफ्ज़ ही नहीं है मेरे को, हुण भी जिवें भजन ते हालांकि वह बाहर इटली बैठे हैं, उन्होंने हर घंटे बाद फोन आ जाता है, वह बाट पुछते रहेंगे भी हाँ जी हुण कित्थे पहुँची कहानी, म्यूजिक हो गया, हुण मिक्सिंग होगी कदों, तो फिर अज वीडियो शूट कर रहे सी, तां भी उन्होंने सूद साहब नूं भी बिट्टू जी नूं भी फोन आए, मेरे ख्याल 6-7 फोन आए उस टाइम चलते, कुछ वो वीडियो मंगवा रहे थे, उन्होंने बहुत चाव रहिंदा स्वामी जी की गायन का, क्योंकि स्वामी जी के चरणों के नाल ना वो भी छोटे जे हुंदे तो ही आ रहे हैं, मेरे नाल उन्हां दी ये गल शेयर होई सी, कहिंदे भी छोटा जे हुंदा सी उदों बाई बस आया करते, उन्होंने बड़ी सारी हिस्टरी सुनाई मैनू,
तो समय समय की गल है, अज इन्नी कृपा है कि उन्होंने पता नहीं है भी पैसा मैं रखा कितने, इन्नी क स्वामी जी ने मतलब कृपा कर दी, इन्नी क पैसा उन्होंने दे देता है, तो बड़े वैल सैटल्ड है वह, तो वह मतलब शुक्र करते हैं कि स्वामी जी उन्हों तो कोई इस तरह की सेवा लैन, क्योंकि कृपा फिर वही गल आ गई स्वामी जी की ही होंगी है, उन्होंने उन्होंने इशारा करना होंगे अंदरों, संकल्प उन्होंने ही देना होंगे, सो इन्होंने मेरे ना प्रोमिस करया सी उदों भजन का, तो इन्होंने मतलब खुल के बहुत वधिया ढंग नाल मतलब कोई म्यूजिक की कमी नहीं, कोई एडवरटाइज की कमी नहीं, तो सब तो ज़्यादा मैं शुक्रगुजार हाँ अमरजीत मान जी का ए धमान चैनल, ये भी बराबर शूटिंग के नाल नाल इन्हां दी पूरी हैल्प रही है, तो एक्ट दसते रहे इस तरह करना इस तरह करना, क्योंकि ये भी बहुत पुराने स्वामी जी नाल जुड़ चुके ने, तो स्वामी जी का प्यार है सारिया, तो स्वामी जी कृपा बना के रखन, मेरी यही दुआ है जी जी। सो जिवें कि शफी जलवेड़ा जी हैं, इन्हां दे भी काफ़ी मतलब के हिट जो कलाकार ने उन्होंने गीत गाए ने, जिवें दुर्गा रंगीला जी हो गए, तो होर काफ़ी हिट मतलब कि उन्होंने गीत होए ने, बाबा बुढ़न शाह जी का एक भजन जो गाया सी अपना दुर्गा रंगीला जी ने, वो भी काफ़ी हिट होया सी। सो शफी जलवेड़ा जी बारे की कहोगे इस भजन बारे? ये भजन तो जी उन्होंने मतलब जिवें मुरदे च जान पाई दी ना जी, इस तरह की मतलब वर्डिंग लिख के, तो मैं बड़ा प्रभावित हाँ इन्हों के लिरिक्स तो, तो नाम तो इन्हों का मैं पहला बहुत सुनया सी, पहली बार इन्हों का भजन गाने का मैं सुभाग प्राप्त होया, तो मैं बहुत प्रसन्न हाँ, तो मैं फिर गुजारिश भी करा शफी जी ने भी इस तरह के भजन वो लिखते रहन होर स्वामी जी बारे, क्योंकि मैनू बहुत पसंद आया, मेरे दिल में बहुत छू रहा है ये भजन, तो बाई चांस गा भी अच्छा हो गया, ये तुसी फैसला करना है, जज तो साध संगत होंदिया ने जी। सो जिहड़े अपने नीरज शर्मा जी हैं इटली वाले, ये काफ़ी दरिया दिल भी ने, क्योंकि कई बार फोन पर मेरे नाल भी गल हुई है, तो एक उन्हां दा होर भी ये कहना कि किसी भी व्यक्ति ने भजन गाउणा होवे जां भजन लिखिया होवे तां वह नीरज शर्मा जी नाल कंटैक्ट कर सकते हैं, वो उन्हां दी प्रमोशन करनगे ते सारा खर्चा वो आप भी करनगे, कि कदे तुहाडे नाल भी इदां दी गल हुई है? देखो खर्चे तो भजदे नहीं है बिल्कुल भी, हालांकि फालतू पैसा किदे कोल हुंदा है जी, वेस्ट करे कोई किसी ते लगावे, तो अपने आप दे तां सब खर्च करते हैं तो हक बनता है, लेकिन एक दूसरे इंसान ते लगाना वो स्वामी जी का फिर वही प्यार आ जाता उन्होंने, स्वामी जी की इन्नी उन्होंने महिमा का गुणगान करा के उन्होंने बड़ी खुशी मिलती है, सुकून मिलता है मन में, तो खर्चे तो भजते नहीं है, जो भी असी कही भी आ इस तरह इतने इतने करना उत्थे किसी भी होर किसी भी सभ्यता दे विच कितें भी पैसा खर्च करना है कितें हिस्सा पाना है तो बिल्कुल भी भजते नहीं है, बड़े खुश होकर वो शेयर करते हैं, तो ये महाराज जी कृपा बनाई है स्वामी जी ने, तो कमी भी किसी चीज़ की नहीं उन्होंने, बहुत दया दृष्टि है स्वामी जी की जी। हाँ सो मैं दुआ करांगा उन्होंने भंडारे भरपूर रखन, जिहड़े लोगों नूं इन्ना प्यार देंदे इन्ना दिल जीतदे लोगों का जी। हाँ जी सो तुहाडी जिहड़ी सेहत है अजकल काफ़ी फर्क भी दिख रहा, क्योंकि थोड़ी कमजोरी भी लग रही है, इहदा की कारण है, की तुसीं अपने आप नूं मेनटेन रखिया जां की है? ये जदों ना पहले भजन संध्या सी अपने युवा मंडल वाले ने नदी पर रखी सी, काफ़ी देर बेचारे ने फ्लैक्स भी लवा रखे, डेढ़ महीना घट्टो घट्ट फ्लैक्सा लगे रही, तो मेरा मतलब इकले ही प्रोग्राम रखा सी उन्होंने 5-6-7 घंटे गायन का, क्योंकि वो सारे स्वामी जी के पुराने भजनों के बड़े शौकीन है, सारे मैंबर है ना जोड़े, शंटी तमान है, टंडन साहब है, गोपाल मास्टर जी हैं, होर भी सारे मैंबर है जोड़े पुराने भजन वो कहें भी असं सुनने हैं, तो तुम वो तैयार रखियो नेड़े रखियो, वो अचानक मेरी सेहत होगी खराब, कोई थोड़ी बहुत पता नहीं शुगर कोई डाउन होने लग गई इस तरह की कोई प्रॉब्लम जी आ गई जी, तो मैं मतलब दो 2-3 महीने मतलब परेशान रहा, फिर मैं ना उन्होंने मतलब जवाब दे दिता सी 9-10 दिन पहले, क्योंकि मेरी हालत अच्छी नहीं सी उस टाइम ना, मानसिक कमजोरी जी हो गई सी कुछ, तो मैं उन्होंने हाथ जोड़ते सी भी मेरे को भजन संध्या होनी नहीं है, तो उन्होंने बेचारे ने इन्ना खर्चा करना है किया भी सी करना भी सी, तो फिर अगर प्रोग्राम अच्छा नहीं होंदा देखो फिर ये ना इंसाफी है, तो यदा मतलब भी मैं उन्होंने मतलब
ਬਲਫ ਕਰ ਰਿਹਾ, ਮੈਂ ਇਹ ਫੀਲ ਕਰ ਰਿਹਾ ਸੀ। ਫਿਰ ਮੇਰੇ ਮਨ 'ਚ ਆਇਆ, ਮੇਰਾ ਬੇਟਾ ਸਿਮਰਨ ਹੈ, ਮੈਂ ਉਹਦੇ ਨਾਲ ਸ਼ੇਅਰ ਕੀਤੀ। ਮੈਂ ਕਿਹਾ ਵੀ ਹੁਣ ਮੇਰੀ ਤਬੀਅਤ ਤਾਂ ਅੱਛੀ ਨਹੀਂ ਹੈ, ਨਾ ਮੈਂ ਤੋਂ ਗਾ ਹੋਣਾ, ਵੀ ਕਿਵੇਂ ਕਰੀਏ। ਉਹ ਫਿਰ ਕਹਿਣ ਲੱਗੇ ਪਾਪਾ ਵੀ ਉਹਨਾਂ ਨੂੰ ਫਿਰ ਟਾਈਮ ਨਾਲ ਹੀ ਤੁਸੀਂ ਦੱਸੋ ਇਹ ਗੱਲ ਵੀ ਜੇ ਤੁਸੀਂ ਨਹੀਂ ਗਾਉਣਾ ਤਾਂ ਕਿ ਉਹ ਆਪਣਾ ਹੋਰ ਕੋਈ ਅਰੇਂਜ ਕਰਕੇ ਭਜਨ ਸੰਧਿਆ ਨੂੰ ਸਿਰੇ ਲਾਉਣ, ਕਿਉਂਕਿ ਉਹ ਪ੍ਰੋਗਰਾਮ ਤਾਂ ਕਰਨਾ ਜ਼ਰੂਰੀ ਸੀ ਨਾ, ਜਿਹੜਾ 1.5-2 ਮਹੀਨੇ ਤੋਂ ਲਿਖਿਆ ਹੋਇਆ ਸੀ ਉਹਨਾਂ ਨੇ। ਅਤੇ ਫਿਰ ਮੈਂ ਸ਼ੰਟੀ ਧਮਾਨ ਨੂੰ ਫੋਨ 'ਤੇ ਫਿਰ ਹੱਥ ਜੋੜ ਦਿੱਤੇ ਸੀ। ਮੈਂ ਕਿਹਾ ਜੀ ਵੀ ਮੇਰੇ ਕੋਲੋਂ ਨਹੀਂ ਹੋਣੀ ਇਹ ਭਜਨ ਸੰਧਿਆ, ਵੀ ਮੇਰੀ ਸਿਹਤ ਠੀਕ ਨਹੀਂ ਹੈ। ਅਤੇ ਬਾਕੀ ਟ੍ਰੀਟਮੈਂਟ ਮੈਂ ਲਿਆ, ਦੇਖੋ 2-3 ਮਹੀਨੇ ਮੈਂ ਰਿਹਾ ਪਰੇਸ਼ਾਨ ਕਾਫੀ। ਉਸ ਤੋਂ ਬਾਅਦ ਉਹ ਜਵਾਬ ਦੇਣ ਤੋਂ ਬਾਅਦ ਵੀ 2-3 ਮਹੀਨੇ ਮੈਂ ਨਾ ਤਾਂ ਕੋਈ ਗਾਇਨ ਕਰਿਆ ਕਿਤੇ, ਨਾ ਮੇਰਾ ਮਨ ਮੰਨਦਾ ਸੀਗਾ। ਅਤੇ ਆਪਣੇ ਲਾਲਪਥ ਲੈਬ ਹੈ, ਡਾਕਟਰ ਲਾਲਪਥ ਲੈਬ ਸਿਸਵਾ ਰੋਡ 'ਤੇ, ਤਾਂ ਮੈਂ ਬੜਾ ਸ਼ੁਕਰਗੁਜ਼ਾਰ ਹਾਂ, ਕਿਉਂਕਿ ਟੈਸਟ ਵਗੈਰਾ ਬਹੁਤ ਡਾਕਟਰਾਂ ਨੇ ਲਿਖੇ ਸੀ ਅਤੇ ਉਹ ਹੋਮ ਕਲੈਕਸ਼ਨ ਕਰਦੇ ਸੀ, ਫਿਰ ਸੁਸ਼ਮਾ ਜੀ ਉਹਨਾਂ ਦਾ ਨਾਮ ਹੈ, ਤਾਂ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਬੜਾ ਕੋਪਰੇਟ ਕੀਤਾ, ਕਿਉਂਕਿ ਇੱਥੇ ਚੰਡੀਗੜ੍ਹ ਜਾ ਕੇ ਸੈਂਪਲ ਦੇਣਾ ਬੜਾ ਔਖਾ ਹੈ, ਬਲੱਡ ਸੈਂਪਲ। ਤਾਂ ਫਿਰ ਉਹ ਜਿਸ ਤਰ੍ਹਾਂ ਮੇਰੀ ਫਿਰ ਸ਼ੂਗਰ ਚੈੱਕ ਕਰਦੇ ਸੀ ਘੰਟੇ ਘੰਟੇ ਬਾਅਦ, ਯਾਨੀ 5 ਘੰਟੇ ਲਗਾਤਾਰ ਚੈੱਕ ਕਰਨੀ ਹੈ, ਤਾਂ ਵਿਚਾਰੇ 6 ਵਜੇ ਤੋਂ ਸ਼ੁਰੂ ਹੋ ਜਾਣਾ ਉਹਨਾਂ ਨੇ ਆਉਣਾ, 6 ਵਜੇ, 7 ਵਜੇ, 8 ਵਜੇ, 9 ਵਜੇ, 10 ਵਜੇ, ਇਸ ਤਰ੍ਹਾਂ ਦੇ। ਉਹ ਫਿਰ ਤਾਂ ਟੈਸਟ ਕਰਕੇ ਫਿਰ ਰਿਜ਼ਲਟ ਕੱਢਿਆ। ਦੇਖੋ ਫਿਰ ਹੁਣ ਸਵਾਮੀ ਜੀ ਦੀ ਕਿਰਪਾ ਹੈ, ਮੈਂ ਮੈਕਸ ਤੋਂ ਟ੍ਰੀਟਮੈਂਟ ਕਰਾ ਰਿਹਾ ਅਤੇ ਬੜੇ ਅੱਛੇ ਡਾਕਟਰ ਹੈ ਉੱਥੇ, ਐਮੀ ਗਰੇਵਾਲ, ਉਹ ਟ੍ਰੀਟ ਕਰ ਰਹੇ ਹੈ। ਤਾਂ ਮੇਰੇ ਨਾਲ ਬਹੁਤ ਪਹਿਲੇ ਨਾਲੋਂ ਫਰਕ ਹੈ। ਹੁਣ ਮੈਂ ਪ੍ਰੋਗਰਾਮ ਵੀ ਕਰਦਾ ਅਤੇ ਸਵਾਮੀ ਜੀ ਦੇ ਵੀ ਗਾਇਨ ਕਰਦਾ, ਅਤੇ ਹੁਣ ਗੁਰੂ ਪੂਜਾ 'ਤੇ ਵੀ ਮੇਰਾ 12-1 ਟਾਈਮ ਹੈ, ਉਹ ਮੈਂ ਉਸ ਦਿਨ ਗਾਵਾਂਗਾ, ਸਵਾਮੀ ਜੀ ਕਿਰਪਾ ਕਰਨਗੇ। ਹੁਣ ਮੈਂ ਪਹਿਲੇ ਨਾਲੋਂ ਬਹੁਤ ਅੱਛਾ ਹੈਗਾ, ਬਾਕੀ ਵੀ ਕਿਰਪਾ ਹੋਏਗੀ, ਸਵਾਮੀ ਜੀ ਮੈਨੂੰ ਠੀਕ ਕਰਨਗੇ ਸੱਚੇ ਪਾਤਸ਼ਾਹ। ਬਿਲਕੁਲ ਜੀ ਬਿਲਕੁਲ, ਸਵਾਮੀ ਦੀ ਬਹੁਤ ਅਪਾਰ ਕਿਰਪਾ ਹੈ ਤੁਹਾਡੇ 'ਤੇ। ਸੋ ਜਿਵੇਂ ਕਿ ਕਈ ਬੰਦੇ ਕਹਿ ਦਿੰਦੇ ਆ ਕਿ ਸਵਾਮੀ ਜੀ ਛੱਡ ਕੇ ਚਲੇ ਗਏ ਜਾਂ ਨਹੀਂ, ਪਰ ਸਵਾਮੀ ਜੀ ਉੱਥੇ ਹੀ ਵਿਰਾਜਮਾਨ ਨੇ। ਕੀ ਕਹਿਣਾ ਤੁਹਾਡਾ? ਸਵਾਮੀ ਜੀ ਤਾਂ ਉੱਥੇ ਹੀ ਹੈ ਜੀ, ਇਹ ਤਾਂ ਜਿਹੜੇ ਭਗਤ ਪੁਰਾਣੇ ਜੁੜੇ ਹੋਏ ਸਵਾਮੀ ਜੀ ਨਾਲ, ਤਾਂ ਜਿਹੜੇ ਗੁਪਤ ਚਮਤਕਾਰ ਕਰਦੇ ਹੈ, ਮੇਰੇ ਤੋਂ ਹੀ ਹੋ ਗਿਆ, ਤੁਸੀਂ ਦੇਖ ਲਓ ਨਾ। ਮੈਂ ਇੰਨਾ ਕੁ ਡਿਸਕਰੇਜ ਹੋ ਗਿਆ ਸੀ, ਪਤਾ ਨਹੀਂ ਮੇਰੇ ਕੀ ਖਿਆਲ ਆਉਂਦੇ ਸੀ, ਗਲਤ ਗਲਤ ਖਿਆਲ ਆਉਂਦੇ ਸੀ ਵੀ ਕੰਮ ਨਿਬੇੜਦੀ ਹੈ, ਕਿਉਂਕਿ ਮੈਂ ਆਪਣੇ ਆਪ ਨੂੰ ਫੀਲ ਕਰਦਾ ਸੀ ਮੈਂ ਬਹੁਤ ਜ਼ਿਆਦਾ ਉਲਝ ਚੁੱਕਿਆ, ਵੀ ਮੈਂ ਤਾਂ ਠੀਕ ਨਹੀਂ ਹੋ ਸਕਦਾ ਹੁਣ, ਮੈਂ ਡਿਸਕਰੇਜ ਹੋ ਗਿਆ ਸੀ ਬਹੁਤ ਜ਼ਿਆਦਾ। ਅਤੇ ਉਹ ਫਿਰ ਸਵਾਮੀ ਜੀ ਦੀ ਕਿਰਪਾ ਹੀ ਹੋਈ ਹੈ ਮੇਰੇ 'ਤੇ, ਤਾਂ ਮੈਂ ਪਹਿਲਾਂ ਨਾਲੋਂ ਬਹੁਤ ਬੈਟਰ ਹਾਂ। ਹੁਣ ਮੈਂ ਗਾਇਨ ਵੀ ਕਰਦਾ, ਖੁਸ਼ ਵੀ ਹਾਂ, ਅੱਜ ਵੀਡੀਓ ਬਣਾ ਕੇ ਆਏ ਹਾਂ, ਬਹੁਤ ਖੁਸ਼ ਹਾਂ, ਬਹੁਤ ਜ਼ਿਆਦਾ ਮਨ ਖੁਸ਼ ਹੈ ਮੇਰਾ। ਅਤੇ ਸਵਾਮੀ ਜੀ ਕਿਰਪਾ ਕਰਨਗੇ। ਅਤੇ ਬਾਕੀ ਸਵਾਮੀ ਜੀ ਇੱਥੇ ਹੀ ਹੈ, ਇੱਕ ਭਜਨ 'ਚ ਅਸੀਂ ਗਾਉਂਦੇ ਹੁੰਦੇ ਸੀ ਮਾਸਟਰ ਨੱਥਾ ਸਿੰਘ ਜੀ ਦਾ, ਜ਼ਰੇ ਜ਼ਰੇ ਮੇ ਹੈ ਜਾਂਕੀ ਭਗਵਾਨ ਕੀ, ਕਿਸੀ ਸੂਝ ਵਾਲੀ ਆਂਖ ਨੇ ਪਹਿਚਾਨ ਕੀ। ਹਾਂ, ਉਹ ਨਾ ਦੇਖੋ ਹੁਣ ਸਵਾਮੀ ਜੀ ਫਿਰ ਜਿਹੜੇ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚਲਦੇ ਹੈ ਸਵਾਮੀ ਜੀ ਦੇ, ਤਾਂ ਉਹਨਾਂ 'ਤੇ ਫਿਰ ਦੇਖੋ ਅਪਾਰ ਕਿਰਪਾ ਹੁੰਦੀ ਹੁੰਦੀ ਹੈ, ਕਿਉਂਕਿ ਸਵਾਮੀ ਜੀ ਦਾ ਫਰਜ਼ ਬਣਦਾ, ਉਹਨਾਂ ਦਾ ਹੱਕ ਬਣਦਾ। ਬਾਕੀ ਜਿਹੜੇ ਸਾਡੇ ਵਰਗੇ ਪਾਪੀ ਲੋਕ ਵੀ ਨੇ, ਉਹਨਾਂ ਨੂੰ ਵੀ ਗੱਲ ਨਾਲ ਲਾਉਂਦੇ ਨੇ ਸਵਾਮੀ ਜੀ, ਕਿਉਂਕਿ ਹਾਂ ਸਾਡੇ ਤੋਂ ਫਿਰ ਬਥੇਰੀਆਂ ਗਲਤੀਆਂ ਹੀ ਹੋਈਆਂ। ਦੇਖੋ ਫਿਰ ਜਿਹੜਾ ਇਹ ਜੀਵਨ ਹੈ ਜਿਸ ਤਰ੍ਹਾਂ ਚੱਲਦਾ ਹੈ, ਦੁੱਖ ਸੁੱਖ ਆਉਂਦਾ ਜਾਂਦਾ ਰਹਿੰਦਾ, ਜਿਸ ਤਰ੍ਹਾਂ ਫਿਰ ਮੈਨੂੰ ਪਰੇਸ਼ਾਨੀ ਆਈ ਹੈ, ਕੋਈ ਨਾ ਕੋਈ ਕਰਮ ਭੋਗ ਹੀ ਸੀ ਮੇਰਾ, ਤਾਂ ਸਵਾਮੀ ਜੀ ਨੇ ਮੈਨੂੰ ਕੱਟ ਦਿੱਤਾ ਉਸ ਕਰਮ ਭੋਗ ਨੂੰ। ਅਤੇ ਬਾਕੀ ਵੀ ਜੋ ਕਸਰ ਮਸਰ ਹੈ ਮੈਂ ਸਵਾਮੀ ਜੀ ਪੂਰੀ ਕਰਨਗੇ। ਅਤੇ ਬਾਕੀ ਸਵਾਮੀ ਜੀ ਇੱਥੇ ਹੀ ਹੈ, ਸਾਰੇ ਵਿਸ਼ਵਾਸ ਨਾਲ ਪੂਜਨ ਕਰੋ, ਉਹਨਾਂ ਦਾ ਪਾਠ ਪੂਜਾ ਕਰੋ, ਅਤੇ ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਬਿਨਾਂ ਮੰਗਿਓ ਮਿਲਦਾ, ਮੈਂ ਤਾਂ ਇਹ ਕਹਾਂਗਾ ਸਵਾਮੀ ਜੀ ਕੋਲੋਂ। ਸੋ ਭਜਨ ਬਾਰੇ ਕੀ ਕਹੋਗੇ ਹੁਣ ਸੰਗਤ ਨੂੰ? ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਾਂਗਾ ਵੀ ਭਜਨ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਅਤੇ ਸੁਣੋ, ਵੱਧ ਤੋਂ ਵੱਧ ਵਿਊਜ਼ ਬਣਾਓ ਉਹਦੇ, ਅਤੇ ਉਨੀ ਸ਼ਾਨ ਬਣਦੀ ਹੈ ਸਵਾਮੀ ਜੀ ਦੀ ਵੀ ਸ਼ਾਨ ਬਣਦੀ ਹੈ, ਸਾਡੀ ਵੀ ਸ਼ਾਨ ਹੈ ਉਹਦੇ 'ਚ, ਏਤਮਾਨ ਚੈਨਲ ਦੀ ਵੀ ਸ਼ਾਨ ਹੈ ਜਿਹੜੇ ਐਡ ਕਰ ਰਹੇ ਹੈ, ਸਾਡੇ ਹਰਜੇਸ਼ ਬਿੱਟੂ ਜੀ ਹੈ, ਇਹਨਾਂ ਦਾ ਬਹੁਤ ਵਿਸ਼ੇਸ਼ ਯੋਗਦਾਨ ਹੈ। ਹਾਂ, ਅਕਸਰ ਮੇਰੇ ਹਰ ਭਜਨਾਂ 'ਚ ਨਾ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ, ਤਾਂ ਮੈਂ ਇਹ ਗੱਲ ਓਨੈਸਟਲੀ ਕਹਿਣ ਤੋਂ ਮਜਬੂਰ ਹੋ ਜਾਂਦਾ, ਕਿਉਂਕਿ ਮੇਰਾ ਬਹੁਤ ਰਿਗਾਰਡ ਕਰਦੇ ਨੇ ਉਹ, ਅਤੇ ਮੇਰੇ ਤੋਂ ਉਮਰ 'ਚ ਭਾਵੇਂ ਛੋਟੇ ਹੈ ਪਰ ਗੁਣਾਂ 'ਚ ਬਹੁਤ ਵੱਡੇ ਹੈ। ਹਾਂ, ਤਾਂ ਮਹਾਰਾਜ ਇਸੇ ਤਰ੍ਹਾਂ ਸਾਡਾ ਪਿਆਰ ਬਣਿਆ ਰਹੇ, ਅਤੇ ਨੀਰਜ ਸ਼ਰਮਾ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ, ਅਤੇ ਸ਼ਫੀ ਜਲਵੇੜਾ ਜੀ ਮੈਂ ਕਹਾਂਗਾ ਵੀ ਇਸੇ ਤਰ੍ਹਾਂ ਕੰਟੀਨਿਊ ਰੱਖੋ, ਕਲਮ ਚਲਦੀ ਰੱਖੋ, ਤਾਂ ਸਵਾਮੀ ਜੀ ਦੀ ਵੀ ਕਿਰਪਾ ਤੁਹਾਡੇ 'ਤੇ ਵੀ ਹੋਏਗੀ ਬਹੁਤ ਜ਼ਿਆਦਾ, ਅਤੇ ਉਹਨਾਂ ਬਾਰੇ ਤੁਸੀਂ ਲਿਖਦੇ ਰਹੋ, ਤੁਸੀਂ ਬਹੁਤ ਸੁੰਦਰ ਲਿਖਿਆ ਹੈ, ਇਹ ਮੈਂ ਬਹੁਤ ਖੁਸ਼ ਹਾਂ, ਮਹਾਰਾ ਥੈਂਕਸ ਹੈ ਸਭ ਸਾਰੀ ਟੀਮ ਦਾ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਜਿਹੜਾ ਇਹ ਤੁਹਾਡਾ ਨਵਾਂ ਭਜਨ ਹੈ, ਇਹਦੀਆਂ 2 ਲਾਈਨਾਂ ਸੁਣਾਓ।
तेरे भी वेड़े खुशियां आ जानिया नदी पर आवे कितरे तेरे भी वेड़े खुशियां आ जानिया नदी पर आवे किधरे गुरां दी कृपा हो जानी है जे दर्शन पावे किधरे जे तेरे वेड़े खुशियां आ जानिया जे गुरु नू ते आवे किधरे। वाह जी वाह। सो तुसी सुनी है पूरी जानकारी जो रणवीर जी बहुत ही अच्छा गायन करते ने ज़्यादातर ये सतगुर स्वामी जी नदी पार वालियां दे ही भजन गायन करते ने ते होर भी ये सारे भजन गाउंदे ने कृष्ण जी दे माता दे पर सतगुर स्वामी जी नदी पार वालियां दे भजन ये बचपन तो गाउंदे आ रहे ने। सो साडे वल्लों दुआवां ने कि सतगुर स्वामी जी महाराज जी की कृपा इन्हां ते बनी रहे इन्हां दे परिवार ते बनी रहे ते इह इसे तरह अपने भजन गायन करदे रहन। मैं अमरजीत मान कैमरामैन मनी दे नाल धन्नवाद।